ਪੰਜਾਬੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਨਿਰਮਾਤਾ ਨਿਰਦੇਸ਼ਕ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ 370 ਧਾਰਾ ਖਤਮ ਕਰਕੇ ਬਹੁਤ ਵਧੀਆ ਮੋਦੀ ਸਰਕਾਰ ਨੇ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਨੂੰ ਹਟਾ ਦੇਣ ਦਾ ਜੋ ਮਤਾ ਪੇਸ਼ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੇ ਲਈ ਅਸੀਂ ਮੋਦੀ ਸਰਕਾਰ ਨੂੰ ਸਲੂਟ ਕਰਦੇ ਹਾਂ। ਮੇਰੀ ਤਰਫ ਸੇ ਬਹੁਤ ਬਹੁਤ ਮੁਬਾਰਕਬਾਦ। ਆਜ ਵਾਕੇ ਸੈਲੀਬ੍ਰੇਸ਼ਨ ਡੇ ਹੈ, ਕਿਉਂਕਿ ਸਹੀ ਮਾਇਨੇ ਮੇ ਜੰਮੂ ਕਸ਼ਮੀਰ ਆਜ ਆਜ਼ਾਦ ਹੁਆ ਹੈ। ਐਂਡ ਹੈਟਸ ਆਫ ਪ੍ਰਾਈਮ ਮਿਨਿਸਟਰ ਮੋਦੀ ਐਂਡ ਦ ਬੀਜੇਪੀ ਟੀਮ, ਅਮਿਤ ਸ਼ਾਹ ਜੀ, ਫੋਰ ਦਿਸ ਅਚੀਵਮੈਂਟ। ਗੋਡ ਬਲੈਸ ਯੂ, ਵੀ ਸੈਲਿਊਟ ਯੂ, ਥੈਂਕ ਯੂ।